ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਅੱਜ ਜਿਹੜੇ ਅਸੀਂ ਇੱਥੇ ਇਕੱਠੇ ਹੋਏ ਨਾ, 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਅੰਕਲ ਨਰੂਲਾ ਨਾਂ ਦੇ ਇੱਕ ਪਾਸਟਰ ਨੇ ਕ੍ਰੂਸੇਡ ਕਾਲ ਕੀਤਾ। ਕ੍ਰੂਸੇਡ ਜਿਹਨਾਂ ਨੂੰ ਨਹੀਂ ਪਤਾ, ਇਹਨੂੰ ਅਸੀਂ ਅਗਰ ਤੁਸੀਂ ਇਸਲਾਮਿਕ ਭਾਸ਼ਾ ਜਾਣਦੇ ਤਾਂ ਇਹਨੂੰ ਜਿਹਾਦ ਕਹਿੰਦੇ ਨੇ, ਜੰਗ ਕਹਿੰਦੇ ਨੇ। ਤੇ ਇੱਕ ਆਰਮੀ ਪ੍ਰੈਕਟਿਸ, ਮਾਰ ਕਾਟ। ਹੁਣ ਇਹੋ ਕੰਮ ਤਕਰੀਬਨ 1.5 ਸਾਲ ਪਹਿਲਾਂ ਵੀ ਹੋਇਆ ਸੀਗਾ। ਉਦੋਂ ਵੀ ਇਹਨਾਂ ਲੋਕਾਂ ਨੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆ ਕੇ ਜਿਹੜਾ ਸਿੱਖੀ ਦਾ ਧੁਰਾ ਹੈ ਉੱਥੇ ਕ੍ਰੂਸੇਡ ਕਾਲ ਕੀਤੀ। ਫਿਰ ਇੱਕ ਦੂਸਰੀ ਟੀਮ ਆਉਂਦੀ ਹੈ, ਜਿਵੇਂ ਗੁੱਡ ਕਾਪ ਬੈਡ ਕਾਪ ਖੇਲਦੇ ਨੇ, ਉਸ ਲਈ ਅਕਾਲ ਤਖ਼ਤ ਆਉਂਦੀ ਹੈ ਜੀ ਸਾਡੇ ਨਹੀਂ ਨੇ ਇੱਦਾਂ ਕਰਦੇ ਨੇ। ਅਤੇ ਅਕਾਲ ਤਖ਼ਤ ਦੇ ਜਿਆਦਾ ਹਰਪ੍ਰੀਤ ਸਿੰਘ ਉਹਨੂੰ ਸਰੋਪਾ ਪਾ ਕੇ ਸਿਰ ਸਾਹਿਬ ਦੇ ਦਿੰਦੇ, ਗੱਲ ਆਪੇ ਖਤਮ ਕਰ ਲੈਂਦੇ। ਹੁਣ ਇਹ ਫਿਰ ਵਾਪਸ ਆਉਂਦੇ ਨੇ, ਫਿਰ ਕ੍ਰੂਸੇਡ ਕਾਲ ਕਰਦੇ ਨੇ। ਕੱਲ੍ਹ ਫਿਰ ਕੁਛ ਜਥੇਬੰਦੀਆਂ ਨੇ DC ਨੂੰ ਦਰਖਾਸਤ ਦਿੱਤੀ ਹੈ, ਇਹਨਾਂ ਕਿਹਾ ਜੀ ਅਸੀਂ ਅੱਗੇ ਤੋਂ ਅਲੱਗ ਯੂਜ ਨਹੀਂ ਕਰਾਂਗੇ। ਪਰ ਸਵਾਲ ਇਹ ਕਿ ਪ੍ਰਸ਼ਾਸਨ, ਮੀਡੀਆ ਔਰ ਸਿੱਖ ਪ੍ਰਚਾਰਕ ਸਾਰਾ ਜਗਤ ਜਿਹੜਾ, ਇਹਨਾਂ ਚੀਜ਼ਾਂ 'ਤੇ ਸਵਾਲ ਕਿਉਂ ਖੜੇ ਨਹੀਂ ਕਰਦੇ? ਉਹ ਮੈਨੂੰ ਹੁਣ ਸਮਝ ਆਇਆ ਜਦੋਂ ਮੇਰੀ ਬਾਹਰ ਕੁਛ ਪੱਤਰਕਾਰ ਵੀਰਾਂ ਨਾਲ ਗੱਲ ਹੋਈ ਹੈ, ਸਾਨੂੰ ਬਹੁਤ ਨੇ ਕ੍ਰੂਸੇਡ ਦਾ ਮਤਲਬ ਹੀ ਨਹੀਂ ਪਤਾ ਵੀ ਇਹ ਜਿਹੀ ਟਰਮੀਨੋਲੋਜੀ ਕਿੱਥੋਂ ਆ ਰਹੀ ਹੈ। ਜਦੋਂ ਇਸਲਾਮ ਉੱਠਿਆ ਨਾ ਤਲਵਾਰ ਦੇ ਨਾਲ, ਅਤੇ 6ਵੀਂ 7ਵੀਂ ਸ਼ਤਾਬਦੀ ਦੇ ਵਿੱਚ ਉਹਦੇ ਸਾਹਮਣੇ ਪੋਪ ਨੇ ਰਾਜਿਆਂ ਨੂੰ ਕ੍ਰੂਸੇਡ ਕਾਲ ਕਰਨ ਵਾਸਤੇ ਕਿਹਾ, ਇਨ ਦਾ ਨੇਮ ਆਫ ਜੀਸਸ, ਇਨ ਦਾ ਲਵ ਆਫ ਜੀਸਸ, ਮਾਰਕਾਟ। ਉਹਦੇ ਅੰਦਰ ਲੱਖਾਂ ਬੰਦੇ ਕੱਟੇ ਵਧੇ ਗਏ ਨੇ। ਹੁਣ ਜੇ ਕੋਈ ਖਾਲਿਸਤਾਨ ਜਾਂ ਜਿਹਾਦ ਕਹਿੰਦਾ, ਜਾਂ ਕੋਈ ਇਹ ਵੀ ਕਹਿ ਦਿੰਦਾ ਕਿ ਅਖੰਡ ਭਾਰਤ, ਅਤੇ ਤਾਂ ਵੀ ਇਸ ਨੂੰ ਰੈਡੀਕਲਾਈਜ਼ ਕਰ ਦਿੰਦੇ। ਅਤੇ ਇੱਕ ਟੀਮ ਆਉਂਦੀ ਹੈ ਜਿਹੜੀ ਬਹੁਤ ਵੱਡੇ ਇਕੱਠ 'ਚ ਕ੍ਰੂਸੇਡ ਕਾਲ ਕਰ ਦਿੰਦੀ ਹੈ, ਅਤੇ ਸਾਰੇ ਚੁੱਪ ਨੇ, ਨਾ ਮੀਡੀਆ ਬੋਲ ਰਿਹਾ, ਨਾ ਪ੍ਰਸ਼ਾਸਨ ਕੁਛ ਕਰ ਰਿਹਾ, ਨਾ ਕੋਈ ਸਾਰੇ ਜਿਹੜਾ ਪ੍ਰਚਾਰਕ ਤਬਕਾ ਇਹ ਕੁਛ ਕਰ ਰਿਹਾ। ਇਹ ਜਿਹੜਾ ਇੱਕ ਬੀਜ ਬੀਜਿਆ ਜਾ ਰਿਹਾ ਹੈ, ਇਹਦੀਆਂ ਜੜ੍ਹਾਂ ਡੂੰਘੀਆਂ ਨੇ ਔਰ ਇਹਦਾ ਜਿਹੜਾ ਫਲ ਹੈ ਬੜਾ ਕੌੜਾ ਹੈ, ਔਰ ਚੱਕਣਾ ਸਭ ਨੂੰ ਪੈਣਾ। ਅੱਜ ਜਿਹੜੇ ਅਨਪੜ੍ਹ ਗਰੀਬ ਜਾਂ ਜਿਨ੍ਹਾਂ ਨੂੰ ਸਾਡੇ ਉੱਚ ਜਾਤੀਆਂ ਨੇ ਸ਼ੂਦਰ ਕਹਿ ਕੇ ਜਾਂ ਨੀਵੀਆਂ ਜਾਤੀਆਂ ਕਹਿ ਕੇ ਐਸੇ ਐਸੇ ਲਫ਼ਜ਼ ਕਹਿ ਕੇ ਉਹਨਾਂ ਨੂੰ ਧੱਕਤਾ ਬੰਦੇ ਪਾਸੇ। ਹੁਣ ਪਰਸੋਂ ਇੱਕ ਖਬਰ ਆਈ ਹੈ ਮਾੜੀ ਕੰਮ ਹੋ ਕੇ, ਮਜ਼੍ਹਬੀ ਸਿੱਖ ਪਰਿਵਾਰ ਨੂੰ ਉਹਨਾਂ ਨੇ ਮਾੜੇ ਸਰੂਪ ਹੀ ਨਹੀਂ ਦਿੱਤਾ ਆਪਣੀ ਮਾਂ ਦੇ ਭੋਗ ਪਾਉਣ ਵਾਸਤੇ। ਸੋ ਇਹ ਸਾਰੇ ਜਿਹੜੇ ਕਲੈਕਟਿਵ ਜਿਹੜੀ ਇੱਕ ਵਿਉਂਤ ਜੀ ਜਾ ਰਹੀ ਹੈ, ਉਹਦਾ ਡੈਮੇਜ ਤਾਂ ਪੰਥਰੂ ਹੈ ਨਾ। ਬੱਚੇ ਸਾਡੇ ਜਾ ਰਹੇ ਨੇ, ਹਿੰਦੂਆਂ ਦੇ ਜਾ ਰਹੇ ਨੇ। ਹੁਣ ਹੋ ਕੀ ਰਿਹਾ ਕਿ ਪੂਰਾ ਹਿੰਦੁਸਤਾਨ ਇਸ ਵਿੱਚ ਜਾਗਿਆ ਹੋਇਆ। ਤੁਸੀਂ ਸਾਊਥ ਨੂੰ ਚਲੇ ਜਾਓ, ਉੱਥੇ ਬੜੇ ਬੜੇ ਐਸੇ ਕਮਿਸ਼ਨ ਬਣੇ ਨੇ, ਬੜੇ ਬੜੇ ਐਸੇ ਸੰਸਥਾਵਾਂ ਬਣੇ ਨੇ ਜਿਹੜੀਆਂ ਕ੍ਰਿਸਚੈਨਿਟੀ ਦੇ ਖਿਲਾਫ ਲੜਦੀਆਂ ਪਈਆਂ ਨੇ। ਪਰ ਜੇ ਤੂੰ ਨੌਰਥ ਵਾਲੇ ਪਾਸੇ ਆਉਂਦੇ ਸਾਰੇ ਚੁੱਪ ਨੇ, ਕੋਈ ਬੋਲ ਨਹੀਂ ਰਿਹਾ। ਐਸਾ ਕੋਈ ਕਲੱਬ ਨਹੀਂ ਹੈ, ਕੋਈ ਐਸਾ ਮੀਡੀਆ ਗਰੁੱਪ ਨਹੀਂ ਹੈ, ਕੋਈ ਐਸਾ ਧਾਰਮਿਕ ਗਰੁੱਪ ਨਹੀਂ ਹੈ, ਕੋਈ ਐਸਾ ਸੋਸ਼ਲ ਗਰੁੱਪ ਨਹੀਂ ਹੈ, ਕੋਈ ਪੋਲੀਟੀਕਲ, ਕੋਈ ਐਸਾ ਕੋਈ ਗਰੁੱਪ ਨਹੀਂ ਹੈ ਕਿ ਜਿਹੜਾ ਇਹਦੇ ਬਾਰੇ ਗੱਲ ਵੀ ਕਰਨਾ ਚਾਹੁੰਦਾ ਹੋਵੇ। ਆ ਪਿੱਛੇ ਮੈਨੂੰ ਲੱਗਾ ਸਪੋਕਸਮੈਨ ਦੇ ਸੀਗੇ ਰਿਪੋਰਟ, ਉਹਨਾਂ ਪੁੱਛਿਆ ਸੀਗਾ ਵੀ ਕਿਉਂ ਨਹੀਂ ਕੋਈ ਕੋਈ ਬੋਲ ਰਿਹਾ, ਕਿਉਂਕਿ ਸਾਨੂੰ ਨਾ ਇੱਕ ਅਗਿਆਨਤਾ, ਸਾਨੂੰ ਡਰ ਹੈ ਵੀ ਜੇ ਅਸੀਂ ਇਹਦੇ ਖਿਲਾਫ਼ ਬੋਲਾਂਗੇ ਸਾਨੂੰ ਵੀਜ਼ਾ ਨਹੀਂ ਮਿਲੇਗਾ ਬਾਹਰ ਦਾ, ਅਸੀਂ ਇੰਗਲੈਂਡ ਦੀ ਵੈਸੇ ਜਾਣਾ ਹੁੰਦਾ। ਇਹ ਗੱਲ ਮੈਨੂੰ ਕਿਸੇ ਨੇ ਕਹੀ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਜਿਸ ਵਕਤ ਇਹਨਾਂ ਨਾਲ ਲੜਾਈ ਸ਼ੁਰੂ ਹੋਈ ਹੈ ਅਮੈਰੀਕਾ ਸੀ ਉਦੋਂ, ਅਤੇ ਉਦੋਂ ਸਾਡੀ ਬੜੀ ਵੱਡੀ ਜਥੇਬੰਦੀ ਦੇ ਇੱਕ ਮੁਖੀ ਨੇ ਕਿਹਾ ਸੀ ਕਿ ਗਿਆਨੀ ਜੀ ਇਹ ਚਰਚਾ ਬੰਦ ਕਰ ਦਿਉ, ਕੱਲ੍ਹ ਨੂੰ ਸਿੰਘਾਂ ਨੇ ਬਾਹਰ ਆਉਣਾ ਹੁੰਦਾ ਤਾਂ ਫਿਰ ਵੀਜ਼ੇ 'ਚ ਦਿੱਕਤ ਆਈ। ਸੋ ਸਾਡਾ ਜਿਹੜਾ ਪ੍ਰਚਾਰਕ ਕੁੱਲ ਤਬਕਾ ਇੱਥੋਂ ਚੁੱਪ ਹੋ ਜਾਂਦਾ ਵੀ ਇਹ ਖਰੇ ਇਹ ਦੇਸ਼ ਰੂਲ ਕਰਦੇ ਨੇ, ਸਾਨੂੰ ਵੀਜ਼ੇ ਨਹੀਂ ਮਿਲਣ ਦੀ ਮੇਰੇ ਤਰ੍ਹਾਂ ਕਿੰਨੇ ਕੰਪਲੇਂਟ ਕੀਤੇ ਅਮੈਰੀਕਨ
ਆਰਮੀ ਦੇ ਪੇਜ 'ਤੇ ਮੇਰੀਆਂ ਤਸਵੀਰਾਂ, ਮੇਰੀ ਕੰਪਲੇਂਟ ਪਾਈਆਂ ਨੇ, ਫਿਰ ਸਾਡੇ ਸ਼ਹਿਰ 'ਚ ਕੰਪਲੇਂਟ ਕੀਤੀ ਹੈ, ਪਰ ਕਿਸੇ ਨੇ ਕਾਲ ਤੱਕ ਨਹੀਂ ਕੀਤੀ ਕਿਉਂਕਿ ਇਹਨਾਂ ਨੂੰ ਕੋਈ ਰੈਕਗਨਾਈਜ਼ ਨਹੀਂ ਕਰਦਾ ਬਾਹਰ, ਨਾ ਤਾਂ ਇਹਨਾਂ ਨੂੰ ਕ੍ਰਿਸਚਨ ਮੰਨਦੇ ਨੇ। ਇਹ ਤਾਂ ਗੰਦਾ ਜਿਹਾ ਕਲਟ ਜਿਹਾ ਹੈ ਜਿਹੜਾ ਜਿਵੇਂ ਕੂੜਾ ਕੱਢ ਕੇ ਇੱਧਰ ਭੇਜਣਾ ਲੋਕਾਂ ਨੂੰ। ਸੋ ਉਹ ਜਿਹੜਾ ਡੈਮੇਜ ਕਰ ਰਹੇ ਨੇ ਉਹਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਵੀ ਇਹ ਜਿਹੜਾ ਕ੍ਰੂਸੇਡ ਹੈ ਕਿਉਂ ਪ੍ਰਸ਼ਾਸਨ ਨੇ ਆਪਣੇ ਵੱਲੋਂ ਇੱਥੇ ਕਾਰਵਾਈ ਨਹੀਂ ਕੀਤੀ, ਕਿਉਂ ਇਹਨੂੰ ਐਂਟੀ ਨੈਸ਼ਨਲ ਘੋਸ਼ਿਤ ਨਹੀਂ ਕੀਤਾ ਜਾਂਦਾ। ਜਿਵੇਂ ਖਾਲਿਸਤਾਨ ਐਂਟੀ ਨੈਸ਼ਨਲ ਹੈ, ਜਿਹਾਦ ਐਂਟੀ ਨੈਸ਼ਨਲ ਹੈ, ਇਸ ਤੋਂ ਅੱਗੇ ਜਿਹੜੇ ਅਖੰਡ ਭਾਰਤ ਕਹਿੰਦੇ ਅਸੀਂ ਉਹਨੂੰ ਐਂਟੀ ਨੈਸ਼ਨਲ ਕਹਿੰਦੇ ਹਾਂ, ਇਹ ਜਿਹੜਾ ਕ੍ਰੂਸੇਡ ਹੈ ਇਹਨੂੰ ਐਂਟੀ ਨੈਸ਼ਨਲ ਘੋਸ਼ਿਤ ਕਿਉਂ ਨਹੀਂ ਕੀਤਾ ਗਿਆ? ਔਰ ਅੰਕੁਰਨੁੱਲਾ ਉੱਤੇ ਸਿਰਫ ਉਹਨੂੰ 2 ਦਫ਼ਾ ਮਾਫ਼ੀ ਦੇ ਕੇ ਛੱਡਿਆ ਗਿਆ, ਕਿਉਂ ਉੱਤੇ ਕੋਈ ਬਣਦੀ ਕਾਰਵਾਈ ਕੀਤੀ, ਕਿਉਂ ਕਾਨੂੰਨੀ ਕਾਰਵਾਈ ਨਹੀਂ ਹੋਈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਕਰਕੇ ਗੱਲ ਕਰਨੀ ਹੈ, ਹੋਣੀ ਚਾਹੀਦੀ ਹੈ। ਇਹਦੇ ਉੱਤੇ ਸਾਡੀਆਂ ਸੰਸਥਾਵਾਂ, ਇਹ ਜਿਹੜਾ ਇਨੀਸ਼ੀਏਟਿਵ ਹੈ ਸਾਡੀਆਂ ਸੰਸਥਾਵਾਂ ਨੂੰ ਲੈਣਾ ਚਾਹੀਦਾ ਸੀਗਾ, ਪਰ ਅੱਜ ਜਿੰਨੀਆਂ ਤੁਹਾਨੂੰ ਵੀਡੀਓ ਮਿਲ ਗਈਆਂ ਸਾਰੇ ਇੰਡੀਵਿਜੁਅਲਸ ਦੀਆਂ ਮਿਲ ਗਈਆਂ। ਕੋਈ ਦਰਖਤ ਥੱਲੇ ਬੈਠਾ ਹੈ, ਉਹਨੇ ਕੋਈ ਪਾਸਪੋਰਟ ਨੂੰ ਦੇਖੇ ਨੇ, ਉਹਨਾਂ ਨਾਲ ਬਹਿਸ ਕਰ ਰਿਹਾ, ਉਹ ਕੋਈ ਬੱਸ ਉਤਰਦੀ ਹੈ ਜੋ ਬੀਬੀ ਉਤਰਦੀਆਂ ਨੇ, ਉਹ ਬਹਿਸ ਕਰ ਰਿਹਾ ਤੇ ਭਜਾ ਰਿਹਾ। ਇਹ ਜਿੰਨਾ ਵੀ ਤੁਹਾਨੂੰ ਇਹ ਮਿਲੇਗਾ ਸਮਾਨ, ਇਹ ਸਾਰਾ ਬਿਲਕੁਲ ਇੰਡੀਵਿਜੁਅਲ ਜਿਹੜੇ ਨੇ ਉਹ ਕਰਦੇ ਪਏ ਨੇ, ਕਲੈਕਟਿਵਲੀ ਅਸੀਂ ਕੁਛ ਨਹੀਂ ਕਰ ਰਹੇ, ਤਾਂ ਕਿ ਕਿਉਂ ਫਲ ਸਾਡਾ ਸਭ ਦਾ ਬਣਦਾ ਹੈ, ਚਾਹੇ ਅਸੀਂ ਧਾਰਮਿਕ ਖੇਤਰ 'ਚ ਹੋਈਏ, ਚਾਹੇ ਅਸੀਂ ਪੱਤਰਕਾਰਤਾ ਦੇ ਵਿੱਚ ਹੋਈਏ, ਇੱਕ ਇਖਲਾਕੀ ਤੌਰ 'ਤੇ, ਇੱਕ ਸਮਾਜਿਕ ਤੌਰ 'ਤੇ, ਇੱਕ ਧਾਰਮਿਕ ਤੌਰ 'ਤੇ ਇਨੀਸ਼ੀਏਟਿਵ ਲੈਣਾ ਚਾਹੀਦਾ। ਤੁਸੀਂ ਦੇਖੋ ਅਗਰ ਕੋਈ ਪਾਖੰਡੀ ਹਿੰਦੂ ਰੱਬ ਦਾ ਹੈ ਤਾਂ ਸਾਰਾ ਮੀਡੀਆ ਭੱਜ ਜਾਂਦਾ ਉਹਦੇ ਪਿੱਛੇ, ਔਰ ਵੱਡੇ ਵੱਡੇ ਚੈਨਲ ਚਲਾਉਂਦੇ ਨੇ। ਜੇ ਕੋਈ ਸਿੱਖ ਬਾਬਾ ਆ ਜਾਂਦਾ ਤਾਂ ਵੱਡੇ ਵੱਡੇ ਮੀਡੀਆ ਹਾਊਸਿਸ ਉਹਦੇ ਪਿੱਛੇ ਹਫ਼ਤਾ ਫੈਲਾ ਦਿੰਦੇ ਨੇ, ਪਰ ਇਹ ਹਰ ਰੋਜ਼ ਕਰਦੇ ਨੇ। ਕੋਈ ਮੀਡੀਆ ਹਾਊਸ ਇਨੀਸ਼ੀਏਟਿਵ ਨਹੀਂ ਲੈ ਰਿਹਾ, ਕੋਈ ਐਕਸਪੋਜ਼ ਨਹੀਂ ਕਰ ਰਿਹਾ ਜ਼ਿਆਦਾ ਤੋਂ ਜ਼ਿਆਦਾ, ਕਿਉਂ ਕੀ ਹੁੰਦਾ ਜਿਹੜੇ ਇੰਡੀਵਿਜੁਅਲਸ ਨੇ ਉਹ ਆਪਣੇ ਲੋਕਲ ਚੈਨਲ ਯੂਟਿਊਬ ਚੈਨਲ 'ਤੇ ਉਹਨੂੰ ਅਪਲੋਡ ਕਰਦੇ ਨੇ, ਜਦੋਂ ਵੀਡੀਓ ਚੱਲ ਗਈ ਤਾਂ ਕੋਈ ਨਾ ਕੋਈ ਸਸਤਾ ਦਾ ਵੀਡੀਓ ਚੈਨਲ ਜਿਹੜਾ ਉਹਦੀ ਬਾਈਟ ਲੈਣ ਵਾਸਤੇ ਉਹਨੂੰ ਲਾ ਲੈਂਦਾ। ਪਰ ਜ਼ਿੰਮੇਵਾਰੀ ਸਾਡੀ ਸਭ ਦੀ ਬਣਦੀ ਹੈ ਨਾ, ਸਮਾਜ ਨੂੰ ਸਾਂਭਣ ਦਾ ਕੰਮ ਸਾਡਾ ਸਭ ਦਾ। ਇੱਕ ਬੰਦਾ ਇਹੋ ਹਰਕਤ 2 ਦਫ਼ਾ ਕਰ ਜਾਂਦਾ ਆ ਕੇ ਉਹ ਸਾਰੇ ਅਸੀਂ ਚੁੱਪ। ਹੁਣ ਇਹ ਪਹਿਲੀ ਕਾਨਫਰੰਸ ਸਾਡੇ ਬਾਅਦ ਅਸੀਂ ਅੰਮ੍ਰਿਤਸਰ ਵੀ ਕਰਨੀ ਹੈ, ਉਹਦੇ ਬਾਅਦ ਫਿਰ ਅਸੀਂ ਹਾਈਕੋਰਟ ਵੀ ਜਾਵਾਂਗੇ, ਪਟੀਸ਼ਨ ਵੀ ਪਾਵਾਂਗੇ। ਆਲਰੇਡੀ ਜਿਹੜੀਆਂ ਈਮੇਲਸ ਨੇ ਉਹ ਹੋਮ ਮਿਨਿਸਟਰ ਨੂੰ ਭੇਜਦੀਆਂ ਗਈਆਂ ਨੇ, ਉਹ ਇੱਕ ਅਪਰੂਵ ਵੀ ਹੋ ਗਈ। ਇਹ ਇੰਨਾ ਹੀ ਨਹੀਂ ਹੈ, ਇਹਦੇ ਵਿੱਚ ਹੋਰ ਦਿੱਕਤਾਂ ਨੇ। ਫਿਰ ਜਿਹੜਾ ਫਰੋਡ ਕਰਦੇ ਨੇ ਇਹ ਨਾਮ ਨਹੀਂ ਬਦਲਦੇ, ਇਹ ਧਰਮ ਬਦਲ ਲੈਂਦੇ ਨੇ। ਕ੍ਰਿਸਚੈਨਿਟੀ ਮਾਇਨੋਰਿਟੀ ਨਹੀਂ ਹੈ, ਇਹ ਦੁਨੀਆ ਦਾ ਵਰਲਡ ਲਾਰਜੈਸਟ ਰਿਲੀਜਨ ਹੈ। ਇਹ ਮਾਇਨੋਰਿਟੀ ਦੇ ਹੱਥ ਖਾ ਰਹੇ ਨੇ, ਕਿਉਂਕਿ ਰਾਸ਼ਨ ਕਾਰਡ 'ਤੇ